खबर है पंजाब से, जहाँ गुरुद्वारा गुरु अर्जुन देव जी गुरु का खूह के लंगर भवन का न्यू पत्थर रखा। जी हाँ, खबर है पंजाब के तरन तारण जिले में लंगर भवन का न्यू पत्थर रखा गया। तरन तारण के गुरुद्वारा गुरु अर्जुन देव जी गुरु का खूह के लंगर भवन का न्यू पत्थर रखते हुए शिरोमणि गुरुद्वारा प्रबंधक कमेटी के प्रधान अरविंदर पाल सिंह पखो के कुशविंदर सिंह भाटिया, मेंबर शिरोमणि गुरुद्वारा प्रबंधक कमेटी प्रिंसिपल सुखा सिंह, मेंबर धर्मिंदर सिंह, मैनेजर श्री दरबार साहिब भाई सुखपाल सिंह, हेड ग्रंथी भाई निर्मल सिंह, मीत मैनेजर गुरु अर्जन देव गुरुद्वारा गुरु काकू के प्रबंधक मनजिंदर सिंह, कला बलबीर सिंह, सरपस्त महेंद्र पाल सिंह, खंजाची अमर सिंह, मीत प्रधान अवतार सिंह, जनरल सत्तर बीबी मनजीत कौर, गुरु अर्जुन देव जत्था, गुरुदेव सिंह ग्रंथी और इसके अलावा बहुत सारे संगत मौजूद थे। देखिए तरन तारण से जीवन जज की यह रिपोर्ट। महाराज ने श्री गुरु अर्जन देव जी महाराज जी सरताज ने दिन दिहाड़े सारी दिहाड़ी सेवा उसे करते थे, रात में इसे आके बसराम करते थे। इतने उन्होंने खूह पटवाया, जरूरत पूरी हुई। ਇਹ ਖੂਹ ਤੋਂ ਪਾਣੀ ਲੈ ਕੇ ਲੋਕਾਂ ਦੀਆਂ ਕਈਆਂ ਬਿਮਾਰੀਆਂ ਦਾ ਇਲਾਜ ਹੁੰਦਾ ਸੀ। ਇਸੇ ਗੁਰੂ ਮਹਾਰਾਜ ਦੇ ਖੂਹ ਪਟਾਉਣ ਕਰਕੇ, ਗੁਰੂ ਮਹਾਰਾਜ ਦੇ ਇਸ ਨੂੰ ਇਸ਼ਨਾਨ ਕਰਨ ਕਰਕੇ, ਗੁਰੂ ਮਹਾਰਾਜ ਜੀ ਇੱਥੇ ਰਾਤ ਨੂੰ ਸੌਣ ਦੀ ਰਹਿਸ਼ ਕਰਕੇ ਗੁਰੂ ਦਾ ਨਾਂ ਦਿੱਤਾ। ਦਾਸ ਮਨਜਿੰਦਰ ਸਿੰਘ ਕੱਲਾ ਪਟਾਲ, ਸ਼੍ਰੀ ਗੁਰੂ ਅਰਜਨ ਦੇਵ ਸੇਵਕ ਜੱਥਾ, ਸੇਵਕ ਜੱਥੇ ਵੱਲੋਂ ਬੜੀ ਪ੍ਰਾਣ ਪ੍ਰਾਰਥਨਾ ਦਾ ਆਸ ਹੈ ਸੇਵਕ ਜੱਥੇ ਦਾ ਕਿ ਪਹਿਲਾਂ ਸਾਡੇ ਬਜ਼ੁਰਗਾਂ ਨੇ ਵੀ ਇਸ ਸਥਾਨ ਦੀ ਸੇਵਾ ਸ਼ੁਰੂ ਕਰਾਈ ਔਰ ਛਾਟ ਤੋਂ ਲੈ ਕੇ ਅੱਜ ਤੱਕ ਜਿੰਨੀ ਵੀ ਸੇਵਾ ਇੱਥੇ ਹੋਈ ਆ ਗੁਰੂ ਅਰਜਨ ਦੇਵ ਸੇਵਕ ਜੱਥੇ ਦੀ ਰਹਿਨਮਾਈ ਵਿੱਚ ਹੁੰਦੀ ਰਹੀ ਆ। 98 ਤੋਂ ਲੈ ਕੇ 2002 ਤੱਕ ਨਵਾਂ ਨਾਲ ਜਿਹੜਾ ਤਿਆਰ ਕੀਤਾ ਗਿਆ ਸੇਵਕ ਜੱਥੇ ਦੇ ਲੈਟਰ ਪੈਡ 'ਤੇ ਸੇਵਕ ਜੱਥੇ ਨੂੰ ਪਰਮਿਸ਼ਨ ਸੀ। ਅੱਜ ਵੀ ਜਿਹੜੀ ਇਹ ਸੇਵਾ ਜਿਹੜੀ ਆ ਗੁਰੂ ਅਰਜਨ ਦੇਵ ਸੇਵਕ ਜੱਥੇ ਨੂੰ ਸਵਾਗ ਜਿਹੜੀ ਆ ਪਾਸ ਹੋਈ ਆ ਅਤੇ ਗੁਰੂ ਅਰਜਨ ਦੇਵ ਸੇਵਕ ਜੱਥਾ ਪਹਿਲਾਂ ਤਾਂ ਮੈਂਬਰ ਸਾਹਿਬਾਨ ਦਾ, ਪੀ ਪੀ ਜਗੀਰ ਕੌਰ ਦਾ ਔਰ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਦਾ ਸਰੋਤ ਧੰਨਵਾਦ ਕਰਦਾ ਕਿ ਇਹਨਾਂ ਨੇ ਜੱਥੇ ਨੂੰ ਇਸ ਕਾਬਲ ਸਮਝਿਆ ਕਿ ਜੱਥਾ ਸੇਵਾ ਕਰ ਸਕੇ। ਇੰਨੀ ਕੁ ਬੇਨਤੀ ਪ੍ਰਵਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਅਸਥਾਨਾਂ ਤੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਅਸਥਾਨਾਂ ਤੇ, ਗੁਰੂ ਕੇ ਘਰ ਦੇ ਵਿੱਚ ਗੁਰੂ ਕੇ ਪ੍ਰਾਰੰਭ ਕਰਨ ਵਾਸਤੇ ਸਭ ਤੋਂ ਪਹਿਲਾਂ ਆਪ ਜੀ ਦੇ ਹਜ਼ੂਰ ਗੁਰਮਤਿ ਸਮਾਗਮ ਪ੍ਰਾਰੰਭ ਹੋਏ ਸਨ। ਬੇਅੰਤ ਪੁਨਾਹੀਆਂ ਹੋਣਗੀਆਂ ਕਿਰਪਾ ਕਰਨੀ, ਅਣਜਾਣ ਬੱਚੇ ਸਮਝ ਕੇ ਮੁਆਫੀ ਬਖਸ਼ਣੀ, ਅਨਾਂ ਵਾਸਤੇ ਸਮੱਤ ਬਖਸ਼ਣੀ। ਸਤਿਗੁਰੂ ਪਾਤਸ਼ਾਹ ਜੀ ਇਸ ਵਕਤ ਆਪ ਜੀ ਦੇ ਮਹਾਨ ਪਵਿੱਤਰ ਅਸਥਾਨਾਂ ਤੇ ਸੇਵਾ ਕਰਨ ਵਾਸਤੇ ਅਰਦਾਸ ਬੇਨਤੀ ਹੈ। ਸਤਿਗੁਰੂ ਦੀ ਕਿਰਪਾ ਕਰਨੀ ਆਰੰਭੀ ਹੋਈ ਕਾਰ ਸੇਵਾ ਸਤਿਗੁਰੂ ਪਾਤਸ਼ਾਹ ਜੀ ਨਿਰਵਿਘਨ ਤਾਂ ਸਾਹਿਬ ਸੰਪੂਰਨ ਕਰਾਉਣੀ। ਪ੍ਰਿੰਸੀਪਲ ਸੁਖਾ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਸਨਮਾਨ ਕਰਕੇ ਮੈਂ ਸ੍ਰੀ ਦਰਬਾਰ ਸਾਹਿਬ ਜੀ ਕਪਿਲਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਸਨਮਾਨ ਪ੍ਰਾਪਤ ਕਰਨ।
सिंह साहब ज्ञानी सुखपाल सिंह जी ਬਲਵਿੰਦਰ ਸਿੰਘ ਜੀ ਕੰਪਿਊਟਰ ਵਿਭਾਗ ਸਾਹਿਬ ਉਹ ਵੀ ਆਪਣਾ ਸਨਮਾਨ ਕਰਾ ਦਿਆ।